अज वक वक विरोधी पार्टिया दे आगुआ वलो केंद्री राजमार्ग अते आवाजाई मंत्री नितिन गडकरी दे नाल मुलाकात की गई है। इस मौके पंजाब कांग्रेस दे सांसद गुरजीत सिंह औजला ने कहा कि अमृतसर दे विच पेंडिंग पे प्रोजेक्टा ते केंद्रीय मंत्री नितिन गडकरी दे नाल गलबात हुई है। नाल ही उन्होंने संगरूर हलके दे एमपी सिमरनजीत सिंह मान नु आड़े हथी लेंदिया काफी सारे सवाल खड़े कीते है। अज जिहड़ी अमृतसर दे नाल जुड़े प्रोजेक्टा नु लैके उन्हां मुद्दियां ते गलबात की है कि जिहड़े कुछ पेंडिंग ने उहदे विच जिवें पिल्लर दे उत्ते ब्रिज बनाउणे ने आरी पैनल अगे बन रहे ने वो जिहड़े आ वह लोहारका रोड हो गया ते इधर अपना दुबुरजी हो गया अल्फा सिटी दे लागे जिथे और ड्रीम सिटी दे लागे ब्रिज ने वो बनने ने और नाल दी नाल अमृतसर तों एयरपोर्ट तक जिहड़ी एलीवेटर रोड है और उस तों इलावा जिहड़ा ये प्रोजेक्ट ते जिहड़े पहलू पाइपलाइन जिन्हें नवें दोवां दी गल की है कि रमदास तों लैके डेरे बाबा नानक तक 14 किलोमीटर जिहड़ी सड़क है वह सिंगल रह गई है कि उन्होंने जिहड़ा है फोर लेन किया जाए क्योंकि मैं रिक्वेस्ट की सी और जिहड़ी साडी भारतमाला दे विच अमृतसर तों लैके रमदास तक और जिहड़ा तुसीं कह सकदे कि एयरपोर्ट तों लैके सारा बाईपास बनया राजेवाल तक वो सारा ही फोर लेन हो गया पर अगे 14 किलोमीटर रह गया से हूँ कंपटीशन दे लागे असी आगे तो मैं रिक्वेस्ट उन्होंने की क्योंकि तुहानू पता कि जिहड़े मैंबर पार्लीमेंट गुरदासपुर ने वो तो आउंदे नहीं ते ना उन्होंने कोई डिमांड रखी है और ये गल मैं उन्होंने रिक्वेस्ट की। दूजा तरन तारण पुराना रस्ता हैगा जिहड़ा तरन तारण तो अमृतसर आउंदा NH 54 सी हुण पी डबल्यू डी की रोड है वो भी इन्होंने रिक्वेस्ट की कि इन्होंने नो कोई शक नहीं कि नवी रोड दे दी है अमृतसर तो माना वाले तो तरन तारण जाती पर जिहड़ा पुराना रस्ता हिस्टोरिक रस्ता है वो मैं उन्होंने रिक्वेस्ट की वो भी फोर लेन कर दिता जाए तो सानू बहुत ਵਧੀਆ ਲੱਗੇਗਾ ਭਾਈ। ਇੱਕ ਅੰਮ੍ਰਿਤਸਰ ਜਿਹੜਾ ਕਟੜਾ ਹਾਈਵੇ ਨਿਕਲ ਰਿਹਾ ਉਸ ਨੂੰ ਲੈ ਕੇ ਲੋਕਾਂ ਦੀਆਂ ਬੜੀਆਂ ਸ਼ਿਕਾਇਤਾਂ ਨੇ ਕਿ ਸਰਕਾਰ ਜਿਸ ਤਰੀਕੇ ਨਾਲ ਉਹਨੂੰ ਕੱਢ ਰਹੀ ਹੈ ਕਿਸੇ ਦੀ ਮਰਲਾ ਜ਼ਮੀਨ ਇੱਧਰ ਵਿੱਚ ਰਹਿ ਗਈ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਇਹ ਨਿਕਲ ਰਿਹਾ ਲੋਕਾਂ ਨੂੰ ਮੁਆਵਜ਼ੇ ਵੀ ਠੀਕ ਨਹੀਂ ਮਿਲੇ। ਦੇਖੋ ਜਿਹੜੀ ਮੁਆਵਜ਼ਿਆਂ ਦੀ ਗੱਲ ਉਹ ਅਸੀਂ ਆਲਰੇਡੀ ਇਹਨਾਂ ਦੇ ਨਾਲ ਰੱਖੀ ਹੈ ਕਿ ਮੁਆਵਜ਼ੇ ਜਿਹੜੇ ਉਹ ਸਟੇਟ ਗਵਰਨਮੈਂਟ ਨੇ ਜ਼ਿਆਦਾਤਰ ਉਹਨਾਂ ਦਾ ਇਸ਼ੂ ਹੈ ਕਿ ਸਟੇਟ ਗਵਰਨਮੈਂਟ ਇਹਨਾਂ ਤੋਂ ਪੈਸੇ ਮੰਗੇ ਕਿ ਇੰਨੇ ਇਹਨੂੰ ਦਿਓ ਅਤੇ ਉਹ ਉਨੇ ਹੀ ਦਿੱਤੇ ਜਾ ਸਕਦੇ ਆ ਔਰ ਇਹਨਾਂ ਨੂੰ ਫਿਰ ਰਿਕੁਐਸਟ ਅਸੀਂ ਕੀਤੀ ਹੈ ਕਿ ਤੁਸੀਂ ਜਿੱਥੇ ਘੱਟ ਮੁਆਵਜ਼ਾ ਮਿਲਿਆ ਉਹਨਾਂ ਜ਼ਿਮੀਂਦਾਰਾਂ ਬਾਰੇ ਜ਼ਰੂਰ ਸੋਚਿਆ ਜਾਵੇ। ਬਾਕੀ ਜਦੋਂ ਤੱਕ ਲੰਘਣ ਦੀ ਗੱਲ ਹੈ ਜਿੱਥੇ ਜਿੱਥੇ ਵੀ ਐਕਸਪ੍ਰੈਸ ਵੇ ਬੰਨੇ ਲੰਘੇਗਾ ਅਤੇ ਉਹ ਉਹਨਾਂ ਨੂੰ ਤਾਂ ਪੈਸੇ ਮਿਲਣੇ ਆ ਜਿਹੜੀ ਥੱਲੇ ਆਏਗੀ ਜ਼ਮੀਨ। ਬਾਕੀ 'ਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਜਦੋਂ ਥੋੜ੍ਹਾ ਟੇਢਾ ਹੁੰਦਾ ਹੈ ਜਾਂ ਸਾਈਡ ਰਹਿ ਜਾਂਦੀ ਹੈ ਔਰ ਉਹਦੇ ਬਾਰੇ ਵੀ ਰਿਕੁਐਸਟ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਨੂੰ ਕਹਾਂਗੇ ਉਹ ਲਿਖ ਕੇ ਭੇਜੀਏ ਔਰ ਨੈਸ਼ਨਲ ਹਾਈਵੇ ਨਾਲ ਕਿਉਂਕਿ ਸਾਰੇ ਪੰਜਾਬ ਦਾ ਮਸਲਾ ਹੈ ਉਹ ਇਹਨਾਂ ਨਾਲ ਸਪੈਸ਼ਲ ਟਾਈਮ ਲੈ ਕੇ ਉਹ ਡਿਸਕਸ ਕਰਨ ਇਹਨਾਂ ਦੇ ਨਾਲ। ਉੱਥੇ ਇਸ ਮੌਕੇ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਜਿੱਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਆਪਣੀ ਮੁਲਾਕਾਤ ਦਾ ਕਾਰਨ ਦੱਸਿਆ ਨਾਲ ਹੀ ਉਹਨਾਂ ਨੇ ਬੀਤੇ ਕੱਲ ਜੋ ਭਾਰਤ ਪਾਕਿਸਤਾਨ ਮੈਚ ਦੇ ਵਿੱਚ ਅਰਸ਼ਦੀਪ ਵੱਲੋਂ ਕੈਚ ਛੱਡੇ ਜਾਣ ਤੇ ਕਾਫੀ ਵਿਵਾਦ ਖੜਾ ਹੋ ਗਿਆ ਉੱਥੇ ਉਹਨਾਂ ਕਿਹਾ ਕਿ ਅਰਸ਼ਦੀਪ ਸਿੰਘ ਸਾਡੇ ਪੰਜਾਬ ਦੀ ਸ਼ਾਨ ਹੈ ਅਤੇ ਉਹ ਸਾਡੇ ਪੰਜਾਬ ਦਾ ਇੱਕ ਹੀਰਾ ਹੈ ਉਸ ਨੂੰ ਇਸ ਤਰੀਕੇ ਦੇ ਨਾਲ ਟ੍ਰੋਲ ਕੀਤਾ ਜਾਣਾ ਬਹੁਤ ਹੀ ਮੰਦਭਾਗ ਹੈ। ਜਿੱਦਾਂ ਨਿਤਿਨ ਗਡਕਰੀ ਜੀ ਜਿਹੜੇ ਸਾਡੇ ਨੈਸ਼ਨਲ ਹਾਈਵੇ ਵੀ ਉਹਨਾਂ ਦੇ ਅੰਡਰ ਆਉਂਦਾ ਅਤੇ ਬੜਾ ਵਿਸਤਾਰ ਨਾਲ ਉਹਨਾਂ ਨੇ ਪੰਜਾਬ ਦੇ ਅੱਜ ਹਰ ਜਿੱਥੇ ਵੀ ਕੋਈ ਪ੍ਰੋਬਲਮਸ ਆ ਰਹੀਆਂ ਹੈ ਕਿਉਂਕਿ ਬੜੇ ਐਕਸੀਡੈਂਟਸ ਜਿਹੜੇ ਹੁੰਦੇ ਆ ਬੜੀਆਂ ਪ੍ਰੋਬਲਮਸ ਆਉਂਦੀਆਂ ਜਾਨਾਂ ਕੀਮਤੀ ਜਾਂਦੀਆਂ ਉਹਦੇ ਲਈ ਉਹਨਾਂ ਨੇ ਮੀਟਿੰਗ ਸੱਦੀ ਸੀ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਖਾਸ ਤੌਰ 'ਤੇ ਤਰਨਾ ਦਲ ਜਿਹੜਾ ਮਿਸਲ ਬਾਬਾ ਨੌਧ ਸਿੰਘ ਜੀ ਸੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਉੱਥੋਂ ਦਰਬਾਰ ਸਾਹਿਬ ਤੱਕ ਜਿਹੜੀ ਸੜਕ ਜਾਂਦੀ ਆ ਅਤੇ ਉਹ ਕਟੜਾ ਨੂੰ ਵੀ ਜਾਣੀ ਆ ਉਹਦਾ ਜਿਹੜਾ ਗੁਰਦੁਆਰਾ ਸਾਹਿਬ ਆ ਸਾਡਾ ਉਹ ਵਿੱਚ ਆ ਰਹੇ ਸੀ ਉਹਨਾਂ ਲਈ ਗੱਲ ਕੀਤੀ ਵੀ ਉਹਨੂੰ ਰੋਡ ਚੇਂਜ ਕਰਨਾ ਪਏਗਾ। ਗਡਕਰੀ ਸਾਹਿਬ ਨੇ ਆਪਣੇ ਆਫੀਸ਼ੀਅਲਸ ਨੂੰ ਕਿਹਾ ਵੀ ਜਾਓ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਲੁਧਿਆਣਾ ਹੁੰਦੀ ਹੋਈ ਰੂਪਨਗਰ ਜਾ ਰਹੀ ਆ ਚੰਡੀਗੜ੍ਹ ਜਾ ਰਹੀ ਆ ਸੜਕ ਉਹ ਕੁੱਲ ਹਜੇ 10% ਵੀ ਉੱਤੇ ਕੰਮ ਨਹੀਂ ਹੋਇਆ। ਲੈਂਡ ਐਕੁਇਸ਼ਨ ਦਾ ਕੰਮ ਨਹੀਂ ਹੋਇਆ ਜੇ ਜ਼ਮੀਨ ਨਹੀਂ ਮਿਲੂ ਅੱਗੇ ਕੰਮ ਕਿਵੇਂ ਚੱਲੂ। ਅਤੇ ਕਟੜਾ ਵਾਲਾ ਵੀ ਜਿਹੜਾ ਇਹ ਹਾਈਵੇ ਇਹ ਵੀ ਲੁਧਿਆਣੇ ਦੇ ਥਰੂ ਅੱਗੇ ਨਾਲ ਤੋਂ ਨਿੰਘਣਾ ਹੈ ਇਹਦੇ ਲਈ ਕਿਹਾ ਵੀ ਚੀਫ ਮਿਨਿਸਟਰ ਸਾਹਿਬ ਨੂੰ ਸੱਦੋ ਨਾ ਤਾਂ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲ ਕਰ ਰਹੇ ਆ ਜਿਹਦੇ ਕਰਕੇ ਸਾਨੂੰ ਡਰ ਆ ਕਿਉਂਕਿ ਇਹ ਰੋਡਾਂ ਜਿਹੜੀਆਂ ਸਾਡੇ ਪੰਜਾਬ ਲਈ ਬਣਨੀਆਂ ਅਤੇ ਜੇ ਇਹ ਰਹਿ ਗਈਆਂ ਜੇ ਕਿਤੇ ਜਿਹੜੇ ਕੰਟਰੈਕਟਰ ਨੇ ਉਹ ਚਲੇ ਗਏ ਵਾਪਸ ਤਾਂ ਕਿੰਨਾ ਵੱਡਾ ਨੁਕਸਾਨ ਹੋਜੂ। ਮਿੱਟੀ ਦੀ ਪੋਲਿਸੀ ਕੋਈ ਨਹੀਂ ਗੀ ਸਾਡੇ ਵੀ ਕਿੰਨੀ ਮਿੱਟੀ ਚੱਕਣੀ ਹੈ ਕਿਉਂਕਿ 10 ਫੁੱਟ ਉੱਤੇ ਇਹ ਸੜਕਾਂ ਬਣਨੀਆਂ ਹੈ ਜ਼ਮੀਨੀ ਲੈਵਲ ਤੋਂ ਉਹਦੇ ਬਾਰੇ ਨਾ ਰੇਤੇ ਦੀ ਪੋਲਿਸੀ ਆ। ਕਈ ਦੱਸ ਰਹੇ ਸੀ ਵੀ ਕਿਸ ਤਰੀਕੇ ਨਾਲ 2-2 ਹਜ਼ਾਰ ਕਰੋੜ ਦਾ ਲੋਸਿਸ ਆ ਜਿਹੜੀਆਂ ਉਸ ਇਹਨਾਂ ਨੂੰ ਹੋ ਚੁੱਕਿਆ। ਉਦੋਂ ਬਾਅਦ ਲੁਧਿਆਣੇ ਦੀ ਸਾਡੀ ਬੜੀ ਇੱਕ ਪੁਰਾਣੀ ਜਿਹੜੀ ਖਾਸ ਤੌਰ 'ਤੇ ਮੈਂ ਇਹ ਗੱਲ ਤਕਰੀਬਨ 3 ਸਤੰਬਰ ਨੂੰ ਵੀ ਚਿੱਠੀ ਲਿਖੀ ਸੀ ਜਿਹੜਾ ਭਾਰਤ ਨਗਰ ਖਾਸ ਤੌਰ 'ਤੇ ਫਰਨੀਚਰ ਦੀ ਬਹੁਤ ਪੁਰਾਣੀ ਮਾਰਕੀਟ ਆ ਉਹਦੇ ਵਿੱਚ ਉਹਦੇ ਮੂਹਰੇ ਪੁਲ ਜਿਹੜਾ ਲੈ ਰਿਹਾ ਉਹਨੂੰ ਵੀ ਉਹਨਾਂ ਨੇ ਡਿਮਾਂਡ ਸੁਣ ਲਈ ਆ ਸਾਡੀ
भी खास तौर पर मैं टीम आ जी लुधियाने भेजूँगा तो बाकी भी जड़िया सारिया सड़क ने जिमें अंडर ब्रिज बनाने चंडीगढ़ लुधियाना ये उत्ते जी टी रोड बन गई आ पर राह दे विच जड़े उत्तों छिट बजुर्गों लई बच्चों लई जड़े ओवरब्रिज बनाने लई नाल क्योंकि हैंडीकैप लोग ने खास तौर पर कहा भी उन्होंने लिफ्ट ला के प्रबंध किया जाए क्योंकि बहुत वड्डी लुधियाना तो चंडीगढ़ जिहड़ा हाईवे आ उहदे उत्ते घट्टो घट्ट 10 जगह है जिहड़े वो फुटओवर जिहड़े ब्रिज ने वो बनाए जाण जिथे बच्चे बजुर्ग तो जिहड़े हैंडीकैप लोग ने उन्होंने लिफ्ट चलाई जाण ये वड्डा अज इस गल ते तकरीबन श्री अमृतसर तो लैके बठिंडा तो लैके लुधियाना तक लैके हर रोड बारे डिस्कशन हुई है तो मंत्री जी ने बड़े ध्यान नाल जिन्ने भी लोग साढ़े आए सी उन्हां दी गल भी सुनी आ पर इहदे लई इह बेनती कीती आ भी चीफ मिनिस्टर नूं जिहड़ी एक मीटिंग करो नहीं पंजाब दे प्रोजैक्ट रुक जाणगे वापस हो जाणगे इहदे लई उन्होंने अपने स्टाफ नूं भी कहा भी इह मीटिंग जल्दी तो जल्दी जिहड़ा भी PWD मिनिस्टर आ उहदे नाल ते जिहड़ा मुख्यमंत्री साहब उन्हां नाल मीटिंग की जाए नहीं पंजाब बहुत पिछे रह जाएगा साढ़े लोग पहला ही बेरोज़गारी की बड़ी वड्डी प्रॉब्लम आ रही है जे ये प्रोजैक्ट चलणगे किन्ने लोगों नूं काम मिलेगा ये किन्ने इंजीनियर इस प्रोजैक्ट ते लगणगे किन्ने लोग जिहड़े इहदे नाल मजदूर उहदे नाल गरीब आदमी भी जुड़ेगा तो किन्ने लोगों नूं फायदा हो कोई लुक कोई बजरी कोई किन्ना चीज़ां पुल बनते हैं बड़े बड़े सीमेंट किन्ना कुछ हज़ारां करोड़ रुपया जिहड़ा वह साढ़े पंजाब दे जिहड़ा टैक्स ते उहदे विच जाऊगा ते उह लोकां च पैसा जाऊगा क्यों असीं इह खराब कर रहे हैं जिहड़े हज़ारां दे प्रोजैक्ट हज़ारां करोड़ां दे प्रोजैक्ट ते इहदे बारे गल होई आ सर अगर बात करें कल पाकिस्तान इंडिया का हॉकी चुंदे सी कदे सुनिया सी इन्ने प्लेयर साडे क्रिकेट टीम च ने ते आखरी ओवर जिहड़ा उहने पाया किन्ना शानदार ओवर सीगा एक कैच छुट गया तां उह उहदे उत्ते इल्जाम ला दोगे तुसीं खालिस्तानी कह दोगे इहो जी गल जिहड़ा एक सिख एक पंजाबी उह देश दे लई सीने ते गोली खा सकदा पर वह कदे भी देश जे नाल गदारी नहीं कर सकता वो नवा बच्चा है नवा मुंडा आया सब तो घट राना जिहड़े उन्हें अपने बॉलिंग च दिते ते आखिरी ओवर विश्वास करके टीम ने आखिरी ओवर उन्हों दिता करन नूं ते तुसीं उते एहजा ट्रोल करोगे बड़े जहर घटिया लोग ने जिहड़ियां एहजियां जिहड़े ये काम करदे आ ये बर्दाश्त नहीं होणगे। इस तों इलावा पंजाब भाजपा प्रधान अश्विनी शर्मा भी अज केंद्रीय मंत्री नितिन गडकरी दे नाल मुलाकात करन लई पहुंचे जिथे उन्हां ने पंजाब दी खुशहाली अते तरक्की दे लई पंजाब दे विच वड्डे प्रोजेक्ट पास करन दे लई केंद्रीय मंत्री दा धन्नवाद कीता। उथे उन्हां ने बीते काल जो अर्शदीप सिंह वल्लों मैच दे विच कैच छड्डे जाण ते जो विवाद खड़ा हो रहा उस मामले ते लोकां नूं शांति रखण दी अपील कीती है अते उन्हां लोकां दी भी निखेधी कीती है जो लोक अर्शदीप सिंह नूं ट्रोल कर रहे ने। एक तो धन्यवाद कर रहे थे हम लोग सारे असी सारे उन्हों का धन्यवाद भी करन आए थे कि जिन्ना काम नैशनल हाईवेज का पंजाब के अंदर नितिन गडकरी जी के मिनिस्ट्री द्वारा किया गया वो आभार प्रकट किया और कुछ समस्यावान सी बठिंडा दी और अपना राधा स्वामी डेरे जो रोड जा रहा है लुधियाना इदा ही आदमपुर इदा ही साडा तरन तारण च जिहड़ा बड़ा पवित्र स्थान गुरद्वारा है बाबा नौ सिंह उन्होंने समस्याओं नाल उन्होंने अवगत किया और उन्होंने पूरा यकीन दिलाया कि किसी भी प्रकार साडा मतलब विकास करना डिवेलपमेंट करना है और सब नाल मिलकर इन समस्याओं का समाधान होएगा और हमेशा उन्होंने पंजाब के उत्ते मेहर की है और पंजाब के विकास के लिए महत्वपूर्ण योगदान इस मंत्रालय का रहा है वो ये बड़ी सौहार्दपूर्ण जी है मीटिंग जी है पंजाब के डेलीगेशन की हुई है। क्या लगता है कि जिस तरीके से जो गुरुद्वारा बीच में सड़क नहीं उन्होंने यकीन दिलाया कि ऐसा कुछ नहीं होगा। अच्छा दूसरा पंजाब में जिस तरीके के हालात बने हुए हैं पहले क्रिश्चियन जिस तरीके से हुआ कैसे देख रहे हैं? ऐसा है कि पंजाब में जब से ये सरकार आई है कानून व्यवस्था नाम की कोई चीज़ नहीं है और आए दिन कोई ना कोई इंसिडेंट दुखद सुनने को मिलता ही है और मुझे लगता है सरकार पंजाब से चल नहीं रही दिल्ली से चल रही है और पंजाब के लोगों को पूरी तरह राम भरोसे छोड़ा गया है। आज भी मान साहब को जागना चाहिए पंजाब के लोगों ने उनको मुख्यमंत्री बनाया उनको अपने दायित्व का निर्वहन करना चाहिए और व्यक्ति को सुरक्षा देना उसके जानमाल की राखी करना ये उनका दायित्व है।
इसके लिए उनको आगे बढ़ना चाहिए। लेकिन कल जिस तरीके से पाकिस्तान और इंडिया का मैच हुआ और उसमें जो सिख ऐसा है कि ये बड़ा दुर्भाग्यपूर्ण है, खेल नु खेल दे नज़रिए नाल देखना चाहिए और असीं इहदी निखेधी करते हैं कि जिहड़े लोग ट्रोल कर रहे हैं ये वो दिन याद करन कि जिस दिन अर्शदीप ने मैच जिताया सी और उन विकटां लईआं सी। ये भी याद करना चाहिए है कि वह पंजाब का हीरा है, पंजाब ही नहीं देश का माण है वह मुंडा और उन पंजाब का ही नहीं हिंदुस्तान का नाम क्रिकेट जगत के अंदर अपने बलबूते बनाया और किसी खिलाड़ी के कोलों कैच छुट जाना एक स्वाभाविक जी घटना, बड़े तो बड़ा बंदा भी छड़ सकता, इन चीज़ों तो बाज आना चाहिए और खेल भावना के नाल खेल नू लेना चाहिए और ऐसे लोग कोई भला नहीं करते देश का जिहड़े इस प्रकार के ट्वीट करते ने जां ट्रोल करते ने, वो नुकसान ही करते ने देश के भाईचारे का देश की एकता का। पर असी एज ए पंजाबी ही नहीं एज ए हिंदुस्तानी अर्शदीप दे नाल खड़े हाँ और उ जिहड़ा साडा खिलाड़ी है वो अज उहदे कोलों कैच छुट्टिया अगले दिन वो जितदा कारण होएगा हिंदुस्तान नू हर स्थितियां दे अंदर अपने खिलाड़ियों के मगर चट्टान की तरह खड़े रहना चाहिए। ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ, ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਾਦਰਗੜ੍ਹ ਵਿਖੇ ਜੋ ਮੁੱਖ ਮਾਰਗ ਤੇ ਲਾਂਘਾ ਦਿੱਤਾ ਗਿਆ ਉਸ ਲਈ ਧੰਨਵਾਦ ਕੀਤਾ ਅਤੇ ਹਾਰਵੈਸਟ ਦੇ ਕੰਪੈਨਾਂ ਦਾ ਜੋ ਮਾਮਲਾ ਅੜ ਗਿਆ ਹੋਇਆ ਉਸ ਮਾਮਲੇ ਨੂੰ ਵੀ ਕੇਂਦਰੀ ਮੰਤਰੀ ਦੇ ਸਾਹਮਣੇ ਰੱਖਿਆ, ਜਿਸ ਤੇ ਕੇਂਦਰੀ ਮੰਤਰੀ ਗਡਕਰੀ ਨੇ ਜਲਦ ਹੀ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਜੀ ਨੂੰ ਮੈਂ ਮਿਲਿਆ ਸੀ ਕਿਉਂਕਿ ਸ਼੍ਰੀ ਗੁਰਦੁਆਰਾ ਸ਼੍ਰੀ ਨੌਵੀਂ ਪਾਤਸ਼ਾਹ ਬਹਾਦਰਗੜ੍ਹ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਥੇ ਪੈਸੇ ਦਿੱਤਾ ਸੀ, ਇਹਨਾਂ ਨੇ ਪੈਸੇ ਦਿੱਤਾ ਨਹੀਂ ਸੀ ਪਹਿਲਾਂ ਗਿਆ ਮੇਰੇ ਬੇਟੇ ਦੀ ਜਦੋਂ ਚੋਣ ਅਸੀਂ ਜਿੱਤੀ ਸੀ ਪਿਛਲੀ ਅਸੈਂਬਲੀ ਦੀ ਉਦੋਂ ਰਿਕੁਐਸਟ ਕੀਤੀ ਸੀ, ਇਹਨਾਂ ਨੇ ਉਹ ਪੂਰੀ ਕੀਤੀ ਸੀ ਅਤੇ ਉਹਦੇ ਨਾਲ ਲੋਕਾਂ ਵਿੱਚ ਬੜਾ ਉਤਸ਼ਾਹ ਚਾਹ ਅਤੇ ਅਸੀਂ ਇਹਨਾਂ ਨੂੰ ਓਨਰ ਕਰਨਾ ਚਾਹੁੰਦੇ ਹਾਂ ਕਿਉਂਕਿ ਬਹੁਤ ਵੱਡਾ ਹਿਸਟੋਰੀਕਲ ਕੰਮ ਕੀਤਾ ਸੀ। ਇੱਕ ਤਾਂ ਮੈਂ ਉਹਦੇ ਲਈ ਆਇਆ ਸੀ ਅਤੇ ਉਹਨਾਂ ਨੇ ਅਕਤੂਬਰ ਦੇ ਲਾਸਟ ਵਿੱਚ ਕਿਹਾ ਵੀ ਅਸੀਂ ਆਵਾਂਗੇ ਅਤੇ ਜਿਹੜਾ ਹੈ ਬਹਾਦਰਗੜ੍ਹ ਗੁਰਦੁਆਰਾ ਨੌਵੀਂ ਪਾਤਸ਼ਾਹ ਜਿੱਥੇ ਲਾਂਘਾ ਦਿੱਤਾ ਉਹਦਾ ਉਦਘਾਟਨ ਕਰਨ ਲਈ, ਭਾਵੇਂ ਚੱਲ ਰਿਹਾ ਕਾਫੀ ਦੇਰ ਤੋਂ ਪਰ ਇਹਨਾਂ ਨੇ ਫਾਰਮਲ ਉਦਘਾਟਨ ਕਰਨ ਲਈ ਅਜੇ ਟਾਈਮ ਨਹੀਂ ਸੀ ਦਿੱਤਾ। ਦੂਜਾ ਅਕਤੂਬਰ ਦੇ ਵਿੱਚ ਹੁਣ ਲਾਸਟ ਦਿੱਤਾ ਜਾਵੇਗਾ। ਅਤੇ ਦੂਜਾ ਇੱਕ ਜਿਹੜੇ ਕੰਬਾਈਨਾਂ ਵਾਲਿਆਂ ਦਾ ਮਸਲਾ ਸੀ, ਹਾਰਵੈਸਟਰ ਕੰਬਾਈਨਾਂ ਵਾਲੇ, ਇਹਨਾਂ ਨੇ ਮੈਂ ਲੋਕ ਸਭਾ ਵਿੱਚ ਮਸਲਾ ਉਠਾਇਆ ਸੀ ਕਿ ਉਹਨਾਂ 'ਤੇ ਟੋਲ ਪਲਾਜ਼ਾ ਨਹੀਂ ਲੱਗਣਾ ਚਾਹੀਦਾ, ਇਹਨਾਂ ਨੇ ਗੱਲ ਮੰਨੀ ਸੀ ਅਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪਰ ਇੰਪਲੀਮੈਂਟ ਨਹੀਂ ਹੋ ਰਿਹਾ। ਉਹਨਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਟੋਲ ਪਲਾਜ਼ਾ 'ਤੇ ਅਜੇ ਤੱਕ ਹਾਰਵੈਸਟਰ ਕੰਬਾਈਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਭਾਵੇਂ ਨੋਟੀਫਿਕੇਸ਼ਨ ਵੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਾਰੀ ਕੀਤਾ ਗਿਆ, ਉਹ ਵੀ ਇਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਨੋਟੀਫਿਕੇਸ਼ਨ ਜਿਹੜਾ ਹੈ ਜਲਦੀ ਕਰਾਂਗੇ। ਇੱਕ ਸੀਗਾ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕਾਂ ਬਣਨੀਆਂ, ਖਾਸ ਤੌਰ 'ਤੇ ਮੋਹਾਲੀ ਤੋਂ ਸਰਹੰਦ ਫਤਿਹਗੜ੍ਹ ਸਾਹਿਬ, ਉਹਦੇ ਲਈ ਜਿਹੜੀ ਐਗਜ਼ਿਟ ਹੈ ਉਹ ਬਹੁਤ ਸਮਾਂ 'ਤੇ ਜਿਹੜੀ ਡਿਵਾਈਡ ਹੋ ਰਹੀ ਹੈ, ਉੱਚੀ ਜਾ ਰਹੀ ਹੈ ਧਰਤੀ ਤੋਂ ਸੜਕ, ਡਿਵੀਜ਼ਨ ਹੋ ਗਈ ਜ਼ਮੀਨਾਂ ਦੀ, ਅਤੇ ਉਹਦੇ ਲਈ ਰਸਤੇ ਜਿਹੜੇ ਨੇ ਮਤਲਬ ਉਹ ਵੱਧ ਤੋਂ ਵੱਧ ਦਿੱਤੇ ਜਾਣ ਤਾਂ ਕਿ ਲੋਕ ਆਪਣੇ ਖੇਤਾਂ ਤੱਕ ਪਹੁੰਚ ਸਕਣ। ਸੋ ਇਹ ਜਿਹੜੀਆਂ ਮੰਗਾਂ ਸੀ, ਇੱਕ ਜਿਹੜੀ ਸੀ ਪਟਿਆਲਾ ਤੋਂ ਜਮੁਨਾ ਨਗਰ ਵਾਇਆ ਭੇਵਾ ਦੇਵੀਗੜ੍ਹ, ਇਹ ਰੋਡ ਦੀ ਮੈਂ ਇਹਨਾਂ ਨੇ ਅਨਾਊਂਸ ਕੀਤਾ ਸੀ ਪਿੱਛੇ ਅਸੈਂਬਲੀ ਚੋਣਾਂ ਦੇ ਵਿੱਚ, ਅਤੇ ਉਹ ਅਜੇ ਇਨ ਪ੍ਰਿੰਸੀਪਲ ਡਿਕਲੇਅਰ ਕੀਤੀ ਆ, ਉਹ ਮੈਂ ਕਿਹਾ ਵੀ ਉਹਨੂੰ ਵੀ ਦੁਬਾਰਾ ਪ੍ਰੋਜੈਕਟ ਨੂੰ ਸਿਰੇ ਲਾਇਆ ਜਾਵੇ। ਇੱਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਸੀ ਆਪਣਾ ਵਾਇਆ ਗੜਸ਼ੰਕਰ, ਉਹ ਰੋਡ ਵੀ ਭਾਵੇਂ ਉਦਘਾਟਨ ਹੋ ਗਿਆ ਸੀ, ਇਨ ਡਿਕਲੇਅਰ ਵੀ ਕਰਤੀ ਸੀ, ਉਹ ਪ੍ਰੋਜੈਕਟ ਵਿੱਚ ਹੀ ਰੋਕ ਲਿਆ ਸੀ ਉਦੋਂ ਮਾਂ ਜੋ ਪ੍ਰਧਾਨ ਮੰਤਰੀ ਜੀ ਨੇ, ਅਤੇ ਉਹ ਵੀ ਅਸੀਂ ਦੁਬਾਰਾ ਸ਼ੁਰੂ ਕਰਾਉਣ ਲੱਗੇ। ਲੇਕਿਨ ਚਲੋ ਮਾਜਰ ਜਿਸ ਤਰੀਕੇ ਸੇ ਕਟੜਾ ਹਾਈਵੇ ਬਣ ਰਿਹਾ ਹੈ ਉਸਕੋ ਦੇਖਤੇ ਵੀ ਕਹੀਂ ਕਿ ਜ਼ਮੀਨੋਂ ਕੀ ਜੋ ਅਲੋਟਮੈਂਟ ਹੋਈ ਹੈ ਉਸਮੇਂ ਗੜਬੜੀ ਦੇਖਣੇ ਕੇ ਲਈ ਨਹੀਂ। ਦੇਖੋ ਕਟੜਾ ਹਾਈਵੇ ਕਾ ਵੀ ਮਾਮਲਾ ਉਠਾਇਆ ਥਾ, ਜਿਵੇਂ ਹਮਾਰੇ ਛਤਰਾਣਾ ਮੇਂ ਹੈ ਵਹਾਂ ਕੱਟ ਹੀ ਨਹੀਂ ਰੱਖਾ, ਬਾਦਸ਼ਾਹਪੁਰ ਕੋ ਜਾਤੇ ਹੈ ਬਹੁਤ ਬੜੀ ਰੋਡ ਹੈ ਔਰ ਬਹੁਤ ਲੋਕ ਜਾਤੇ ਹੈ, ਵਹਾਂ ਰਸਤਾ ਹੀ ਨਹੀਂ ਨਿਕਾਲਾ ਹੁਆ ਛੋੜਾ ਹੁਆ, ਬਹੁਤ ਜਗ੍ਹਾ ਐਸੀ ਹੈ ਜਹਾਂ ਰਸਤੇ ਨਹੀਂ ਛੋੜੇ ਹੋਏ, ਵਹਾਂ ਉਸਕੇ ਲਈ ਕੰਮ ਕੀਆ ਜਾਏਗਾ। ਸਰ ਉਹਨਾਂ ਨੇ ਦਿੱਕਤ ਇਹ ਆਉਂਦੀ ਕਿ ਲੋਕਾਂ ਦੀਆਂ ਕੁਝ ਜ਼ਮੀਨਾਂ ਅੰਦਰ ਬਾਹਰ ਹੋ ਗਈਆਂ, ਕਿਸੇ ਦਾ ਮਰਲਾ ਰਹੇਗਾ ਥੋੜ੍ਹ ਦੇ ਅੰਦਰ ਕਿਸੇ ਮਰਲੇ ਰਹੇਗਾ? ਨਹੀਂ ਇਹ ਵੀ ਗੱਲ, ਇਹ ਜਿਹੜਾ ਤੁਸੀਂ ਪੁਆਇੰਟ ਉਠਾਇਆ ਬਿਲਕੁਲ ਇੰਪੋਰਟੈਂਟ ਪੁਆਇੰਟ ਹੈ, ਅਸੀਂ ਉਠਾਇਆ ਸੀ ਔਰ ਉਹਨੂੰ ਕਿਹਾ ਵੀ ਆ ਵੀ ਜਿੱਥੇ ਕਨਾਲ ਆ, ਦੋ ਕਨਾਲ ਆ, ਤਿੰਨ ਕਨਾਲ ਆ, ਘੱਟੋ ਘੱਟ ਉਹ ਤਾਂ ਉਸੇ ਤਰ੍ਹਾਂ ਸਰਕਾਰ ਨੂੰ ਕਵਰ ਕਰਨੀ ਚਾਹੀਦੀ ਹੈ, ਜਾਂ ਤਾਂ ਫੋਰੈਸਟਾਂ ਦੇ ਦਿਓ। ਉਹ ਉਹਨਾਂ ਨੇ ਪ੍ਰੋਜੈਕਟ ਸਾਰੇ ਭਾਰਤ ਵਿੱਚ ਹੀ ਆ, ਇੱਕ ਪ੍ਰਿੰਸੀਪਲ ਇਹਨੂੰ ਐਗਰੀ ਕੀਤਾ
तो मेरा ख्याल है भी लागू करनगे क्योंकि बाकी हिंदुस्तान के बाकी हिस्से भी मंग आ रही है। खास तौर पर पंजाब में तो जमीन की ज़्यादा वैल्यू आ, पंजाब इंपोर्टेंस आ, सो इस करके पंजाब के भी तो यदि बहुत महत्ता। सो असी मंग कर रहे हैं कि यह जल जिनी भी जमीन तीन क घट्टो घट अद्धे एकड़ तो हेठा हेठा जमीन जी जे दूजे पासे रह जाए तो उस रेट से अक्वायर कर लेनी चाहिए। अते नाल ही इस मौके पंजाब के कैबिनेट मंत्री कुलदीप सिंह धालीवाल वालों भी केंद्रीय मंत्री नितिन गडकरी के नाल मुलाकात की गई है। जिस मौके उन्होंने खुशी जाहिर कर दिया की है कि सरहदी खेतर दिया दो अहम सड़कों के निर्माण और अपग्रेडेशन लई केंद्रीय सड़क फंड तहत मंजूरी मिल चुकी है। मुलाकात हुई है गडकरी जी ने बहुत वधिया पक्ष जिहड़ा साडा सुनिया। मेरा जिहड़ा विधानसभा हलका वह अजनाला अमृतसर दे विच असी बिल्कुल बार्डर दे उत्ते रावी दरिया दे कंढे दे ते गडकरी साहब मैं बेनती करना है कि मेरे हल्के दा करीब 100 पिंड दो बहुत वड्डियां रोडां सीगियां उन्हां करके उह पिंडां दी डिवेलपमेंट जिहड़ी रुकी सीगी और गडकरी साहब ने उस चीज़ का जिहड़ा भरोसा दिता जिहड़ा सेंटर रोड फंड है उहदे चों दोवें सड़कां पाउण दा मतलब उन्हें विश्वास दवाया और नाल उन्होंने ये भी कहा कि पंजाब जिहड़ी भी रोड ठीक करनी होगी उन्हें पहल के आधार पर जरा ठीक मतलब करांगे। मतलब मैं कह सकता कि गडकरी साहब ने पंजाब के नाल बहुत वधिया अपना मतलब जरा प्यार भी दिखाया और सानू उन्होंने कहा कि मतलब तुहाडा सड़कों का काम जरा पहल के आधार पर करांगे। मतलब अच्छी मीटिंग हुई साड़ी बहुत वधिया मीटिंग हुई। नहीं दो रोड्स का ही एस्टीमेट बना के लियाए थे तो वो उन्होंने हाँ वो पूरा बना के लियाए थे अपन एस्टीमेट वगैरह पाने लिए उन्होंने दोवें सड़क जड़िया मतलब एक साडा उत्थे तुसीबन है कोनेवाल पिंड है एक बार्डर के उत्ते साढ़े गुरु ग्रंथ साहब जी के साढ़े सिख धर्म के जेडे पहले हैड ग्रंथी है बाबा बुढ़ा जी उन्हां दा शहीद आदम दास नाल ही कोनेवाल है उत्थों लैके एक गाड़ी पिंड जिहड़ा है मतलब गोलगढ़ बार्डर के नाल नाल आउंदा करीब 42 किलोमीटर बनता वो असी तुसीबन पहला तुसीबन सीगा उन्हूं पक्का करना चाहुंदे सी ते एक वो सीगा एक साड़ी रोड सीगी बाबा बुढ़ा साहब जी के गुरु घर तो लैके फतेहगढ़ चूड़ियाँ अजनाला 35 किलोमीटर दोवें रोडा उन्होंने मतलब जिहड़ियां वो मान लिया दोवें रोडा उन्होंने सेंटर रोड फंड के पाने लिए मतलब उन्होंने कहता अपने अफसर को इन्हों पा दो ते एक जड़ा सब तो वड्डा होया कि साढ़े चार विलेज उत्थे बहुत वड्डे अजनाला शहर तो गगोमाल अवान तो थोबा चारों साढ़े तीन पिंड एक शहर सीगे वो चवन का जड़ा वो अंदर जड़िया रोडा सी वह भी उन्होंने मंजूर कर लिया वो भी वो मतलब पहल के आधार पर बना देंगे वो पैसे भी जोड़े वो तो वीक के ही कहते भी रिलीज कर देंगे। अमृतसर जम्मू कटड़ा हाईवे है उसको लेकर बड़ा एक छशो पांच लोगों की जमीन किसी की किला इधर रह गई किसी की मरला रह गया बिचों घर निकलिया गुरद्वारा दीप सिंह जरा तरन तारण के भी बचाया इस सड़क में कंडिया जा रहा उसको लेकर लोग बहुत ज़्यादा परेशान ने। नहीं वो असी जो सा ड्यूटी है स्टेट गवर्नमेंट की साढ़े मानयोग मुख्यमंत्री सरदार भगवंत सिंह मान होनी उत्ते लगे आ कम कर रहे हैं अफसर ना जो पंजाब की स्टेट की ड्यूटी है वो ड्यूटी असी कर रहे हैं कोई नहीं हो जूगा ठीक कोई गल नहीं उदों असी ठीक कर रहे हैं। थोड़ा जहा उ की होया कि जमीन के रेट वगैरह जोड़े वो वध घट हो गए जोड़े पहुँच वाले लोग सके जोड़े कोई ब्यूरोक्रेसी के नेड़े से उन्होंने अपन जमीन के रेट वध पा ले जोड़े आम किसान से बेचारे वो रेट नहीं बद पा सके वो थोड़ा रफड़ा पर हो जूगा ठीक कोई गल नहीं। वो बिल्कुल मैं क्या गडकरी साहब नूं भी बिल्कुल उन्होंने नाल है और अं चाहते हैं कि पंजाब दे विच जिहड़ा बुनियादी ढांचा जिहड़ा मजबूत होना चाहिए तो असी हर पक्षों जिहड़ा वो मत करांगे असी चाहते पंजाब दे अंदर अच्छी रोड जिहड़ियां बण। तुहाडे महकमे दी जमीना नूं लै के बड़ा तुसीं चर्चा च रहे हो जमीना छड़ाउण नूं लै के विपक्षी लगातार विरोधी जिहड़े रहे हो सवाल चुकदे रहे आ कि सरकार दूजे धिरां नूं तंग कर रही है अपने लोकां नूं खास तौर ते छोटे किसान ने जिन्हां कोल घट जमीन सन 50-50 साल तों बैठे उहनां नूं उठाया जा। वेखो जिहड़ी विरोधी धिर पंजाब तुसीं कहिंदे हो पहली गल ते 92 सीटां आईआं आम आदमी पार्टी दी इक तरफा कोई विरोधी धिर नहीं अकाली दल दीआं 2 सीटां कांग्रेस दीआं 17-18 वी आपो च लड़ी जांदे जिहड़ी विरोधी धिर साडे ते सवाल करदी असी तां 5 महीनिआं दे विच 9053 एकड़ जमीन छड़ाती इहनां नूं 75 तों बाद दे राज कांडे आ
ਇਹਨਾਂ ਨੂੰ ਕਦੀ ਤੁਹਾਡੇ ਕੌਮ ਤੋਂ ਪੁੱਛਿਓ ਕਾਂਗਰਸ ਅਕਾਲੀਆਂ ਨੂੰ ਵੀ ਕਦੀ ਪੰਜ ਮਰਲੇ ਵੀ ਕਿਸੇ ਦੀ ਚੜ੍ਹਾਈ ਜੇ ਇਹਨਾਂ ਦੇ ਰਾਜਾਂ 'ਚ ਦੱਬੀ ਲੋਕਾਂ ਦੇ ਕਰੀਬ 50,000 ਤੋਂ ਉੱਪਰ ਏਕੜ ਬਹੁਤ ਕੀਮਤੀ ਜ਼ਮੀਨ ਜਿਹੜੀ ਲੋਕਾਂ ਨੇ ਦੱਬੀ ਪਈ ਜਿਹੜੀ ਅਸੀਂ ਛਡਾਉਣੀ ਹੈ ਅਤੇ ਜਦੋਂ ਅਸੀਂ ਛਡਾਉਂਦੇ ਹਾਂ ਉਹਦੇ 'ਚ ਸਾਹ ਚਾਹੇ ਕੋਈ ਕਾਂਗਰਸੀ ਆ ਅਕਾਲੀ ਆ ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਬੀਜੇਪੀ ਵਾਲਾ ਕੋਈ ਵੀ ਹੈ ਅਸੀਂ ਹਰ ਕੋ ਛਡਾਉਂਦੇ ਜਿਹਨੇ ਵੀ ਨਜਾਇਜ਼ ਕਬਜ਼ਾ ਕੀਤਾ ਇਸ ਕਰਕੇ ਜਿਹੜੇ ਵਿਰੋਧੀ ਹੈ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਕਾਗਜ਼ਾਦੀ ਕੀ ਹੈ 75 ਸਾਲਾਂ ਦੀ ਠੀਕ ਹੈ ਨਹੀਂ ਉਹ ਜਿਹੜੇ ਜਿਨ੍ਹਾਂ ਦੀ ਬੁਨਿਆਦ ਖਤਮ ਹੋ ਗਈ ਉਹ ਚੁੱਕਦੇ ਬਸ ਹਾਂ ਦੱਸ ਦਈਏ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਜਿਸ ਮੌਕੇ ਉਹਨਾਂ ਨੂੰ ਕੇਂਦਰੀ ਮੰਤਰੀ ਦੇ ਵੱਲੋਂ ਹਰ ਮੁਸ਼ਕਿਲ ਦਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਗਿਆ D5 ਚੈਨਲ ਪੰਜਾਬੀ ਲਈ ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ